ਤਾਂ ਪੰਜਾਬ ਦਾ ਇੱਕ ਹੋਰ ਵੱਡਾ ਸਿਆਸੀ ਲੀਡਰ ਆਪ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ। ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ। ਸੁਸ਼ੀਲ ਰਿੰਕੂ ਦੇ ਕਰੀਬੀ ਮੰਨੇ ਜਾਂਦੇ ਨੇ। ਜਗਬੀਰ ਬਰਾੜ 2007 ਦੇ ਵਿੱਚ ਅਕਾਲੀ ਦਲ ਦੀ ਟਿਕਟ 'ਤੇ ਵਿਧਾਨ ਸਭਾ ਦੀ ਚੋਣ ਲੜੇ ਸੀ, ਜਿੱਤ ਹਾਸਲ ਕੀਤੀ। ਫਿਰ 2011 ਦੇ ਵਿੱਚ PPP ਦੇ ਵਿੱਚ ਸ਼ਾਮਲ ਹੋਏ। ਕੁਝ ਸਮੇਂ ਬਾਅਦ ਹੀ ਜਗਬੀਰ ਬਰਾੜ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ। 2021 ਦੇ ਵਿੱਚ ਇੱਕ ਵਾਰ ਫਿਰ ਜਗਬੀਰ ਬਰਾੜ ਅਕਾਲੀ ਦਲ ਦੇ ਵਿੱਚ ਵਾਪਸ ਆ ਗਏ ਅਤੇ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਲੰਧਰ ਕੈਂਟ ਤੋਂ ਟਿਕਟ ਵੀ ਦਿੱਤੀ, ਪਰ ਉਹ ਚੋਣ ਹਾਰ ਗਏ। ਇਸ ਤੋਂ ਬਾਅਦ ਸਾਲ 2023 ਦੇ ਵਿੱਚ ਲੋਕ ਸਭਾ ਜ਼ਿਮਨੀ ਚੋਣ ਵੇਲੇ ਜਗਬੀਰ ਬਰਾੜ ਆਪ ਦੇ ਵਿੱਚ ਸ਼ਾਮਲ ਹੋਏ ਸੀ, ਤਾਂ ਹੁਣ ਆਪ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਨੂੰ ਇੱਕ ਵੱਡਾ ਝਟਕਾ ਲੱਗਾ। ਸਿਆਸੀ ਲੀਡਰ ਇੱਕ ਨਾਮਵਰ ਇਹ ਲੀਡਰ ਨੇ ਜਗਬੀਰ ਬਰਾੜ, ਜੋ ਅਕਾਲੀ ਦਲ ਤੋਂ ਚੋਣ ਜਿੱਤੇ ਸੀ 2007 ਦੇ ਵਿੱਚ। ਉਸ ਤੋਂ ਬਾਅਦ ਲਗਾਤਾਰ ਪਾਰਟੀਆਂ ਬਦਲੀਆਂ ਤਾਂ ਆਖਿਰਕਾਰ ਆਪ ਦੇ ਵਿੱਚ ਸ਼ਾਮਲ ਹੋਏ, ਤਾਂ ਹੁਣ ਆਪ ਨੂੰ ਝਟਕਾ ਦੇ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। ਤਾਂ ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਸਿਆਸੀ ਧਮਾਕੇ ਹੋ ਰਹੇ ਨੇ, ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਤਾਂ ਦੱਸ ਦਈਏ ਕਿ ਸਾਬਕਾ ਵਿਧਾਇਕ ਜਗਬੀਰ ਬਰਾੜ ਆਪ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ, ਔਰ ਇਹਨਾਂ ਨੇ ਸਾਰੀਆਂ ਪਾਰਟੀਆਂ ਦੇ ਵਿੱਚ ਸ਼ਮੂਲੀਅਤ ਕੀਤੀ ਸੀ, ਫਿਰ ਉਹਨਾਂ ਨੂੰ ਬਾਏ ਬਾਏ ਕਹਿ ਕੇ ਨਵੀਂ ਪਾਰਟੀ ਦੇ ਵਿੱਚ ਸ਼ਾਮਲ ਹੋਏ। ਅਕਾਲੀ ਦਲ ਦੇ ਵਿੱਚ ਵਾਪਸੀ ਵੀ ਹੋਈ, ਫਿਰ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਚਲੇ ਗਏ, ਫਿਰ ਆਪ ਦੇ ਵਿੱਚ, ਤਾਂ ਹੁਣ ਭਾਜਪਾ ਦੇ ਮੰਚ 'ਤੇ ਨਜ਼ਰ ਆਏ ਨੇ, ਔਰ ਉਹਨਾਂ ਦੀ ਜੁਆਇਨਿੰਗ ਆ ਜਿਹੜੀ ਉਹ ਅੱਜ ਕੀਤੀ ਗਈ ਹੈ। ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਰਹਿ ਚੁੱਕੇ ਨੇ ਜਗਬੀਰ ਸਿੰਘ ਬਰਾੜ। ਸਾਹਮਣੇ ਮੈਨੂੰ, ਅਸੀਂ ਇਕੱਠੇ ਵਿਧਾਇਕ ਰਹੇ ਹਾਂ ਦੋਨੋਂ ਜਾਣੇ, ਇਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ, ਔਰ ਮੋਦੀ ਸਾਹਿਬ ਦੀਆਂ, ਪ੍ਰਧਾਨ ਮੰਤਰੀ ਸਾਹਿਬ ਦੀਆਂ ਜੋ ਨੀਤੀਆਂ ਹੈ ਉਹ ਪੰਜਾਬ ਪੱਖੀ ਚੱਲ ਰਹੀਆਂ। ਸਭ ਤੋਂ ਪਹਿਲਾਂ ਤਾਂ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ ਗਿਆ, ਉਹ ਇੱਕ ਸਾਡੇ ਲਈ ਬੜੀ ਵੱਡੀ ਗੱਲ ਹੈ। ਔਰ ਦੂਸਰੀ, ਪੰਜਾਬ ਦੇ ਵਿੱਚ ਮੈਂ ਇੱਕੋ ਗੱਲ ਕਹਿੰਦਾ, ਡਬਲ ਇੰਜਨ ਦੀ ਗੱਲ ਚੱਲਦੀ ਹੁੰਦੀ ਹੈ, ਮੈਂ ਬੜੇ ਅਫਸੋਸ ਨਾਲ ਕਹਿੰਦਾ ਕਿ ਸਾਡਾ ਪੰਜਾਬ ਦਾ ਜਿਹੜਾ ਇੰਜਨ ਇੱਕ ਚੱਲ ਰਿਹਾ ਹੈ ਉਹ ਵੀ ਪੂਰਾ ਕੰਮ ਨਹੀਂ ਕਰ ਰਿਹਾ ਹੈਗਾ। ਸੋ ਸਾਨੂੰ ਪੰਜਾਬ ਦੇ ਵਿੱਚ ਡਬਲ ਇੰਜਨ ਦੀ ਲੋੜ ਹੈ। ਜਿੱਥੇ ਪ੍ਰਧਾਨ ਮੰਤਰੀ ਸਾਹਿਬ ਤੀਜੀ ਵਾਰੀ ਸਹੁੰ ਚੱਕ ਰਹੇ ਹੈ, ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਵੀ BJP ਦੀ ਸਰਕਾਰ ਬਣਾ ਕੇ ਡਬਲ ਇੰਜਨ ਤੋਂ ਕੰਮ ਲੈ ਕੇ ਪੰਜਾਬ ਨੂੰ ਚੁੱਗ ਸਾਹਿਬ ਅਸੀਂ ਨਸ਼ਾ ਰਹਿਤ ਕਰੀਏ।